ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਜੋਰ ਭਾਬੀ ਪੰਜਾਬ ਦਾ ਬੇੜਾ ਗਰਕ ਕਰਨ ਦੇ ਵਿੱਚ ਦੋਨੋਂ ਬਰਾਬਰ ਦੇ ਦੋਸ਼ੀ ਹੈ। ਇਹ ਦਿਓਰ ਭਾਬੀ ਦੀ ਸਿਆਸਤ ਪਕੜ ਨੇ ਪੰਜਾਬ ਦੇ ਅੰਦਰ ਪੰਜਾਬ ਦਾ ਬੇੜਾ ਗਰਕ ਕੀਤਾ। ਪਿਛਲੇ ਦਿਨੀ ਹੋਈ ਬਾਰਿਸ਼ ਨਾਲ ਜਲ ਥਲ ਹੋ ਗਈ ਗਲੀਆਂ ਮੁਹੱਲਿਆਂ ਲੋਕਾਂ ਦੇ ਘਰਾਂ ਚ ਪਾਣੀ ਤੱਕ ਵੜ ਗਿਆ। ਬਠਿੰਡਾ ਸ਼ਹਿਰ ਦਾ ਬੁਰਾ ਹਾਲ ਸੀ ਜਿਸ ਨਾਲ ਪ੍ਰਸ਼ਾਸਨ ਦੀ ਪੋਲ ਖੁੱਲ ਕੇ ਸਾਹਮਣੇ ਆਈ। ਇਸ ਨੂੰ ਲੈ ਕੇ ਹਰਸਿਮਰਤ ਬਾਦਲ ਤੇ ਮਨਪ੍ਰੀਤ ਬਾਦਲ ਵਿਚ ਇੱਕ ਦੂਜੇ ਉੱਤੇ ਤੰਜ ਕਸੇ ਗਏ। ਇਸ ਦਿਓਰ ਭਰਜਾਈ ਦੀ ਸ਼ਬਦੀ ਜੰਗ ਤੇ ਸਿਮਰਜੀਤ ਸਿੰਘ ਬੈਂਸ ਨੇ ਬਿਆਨ ਦਿੱਤਾ। ਉਹਨਾਂ ਨੇ ਕੀ ਕਿਹਾ ਖੁਦ ਹੀ ਸੁਣ ਲਓ। ਸੋ ਦੋਸਤੋ, ਇਹ ਗੱਲ ਜਿਹੜੀ ਇਹਨਾਂ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਜੇਠ ਨੂੰ ਇਹ ਗੱਲ ਕਹਿਤੀ ਵੀ ਮੇਰਾ ਜੇਠ ਦੋਸ਼ੀ ਹੈਗਾ ਮਨਪ੍ਰੀਤ ਬਾਦਲ। ਮਨਪ੍ਰੀਤ ਬਾਦਲ ਭਾਬੀ ਨੂੰ ਦੋਸ਼ੀ ਠਹਿਰਾ ਰਿਹਾ। ਕੁਦਰਤ ਨੇ ਪਾਣੀ ਇੰਨਾ ਕੁ ਵਰਖਾ ਕੀਤੀ, ਉਹਦੇ ਕਰਕੇ ਪਾਣੀ ਦਾ ਲੈਵਲ ਜਿਹੜਾ ਚੜ੍ਹ ਗਿਆ, ਦੋ ਚਾਰ ਦਿਨਾਂ ਦੇ ਵਿੱਚ ਸੀਵਰ ਨਾ ਡਿਸਪੋਜ਼ ਆਫ ਹੋ ਜਾਣਾ। ਬਟ ਇਹਦੇ 'ਤੇ ਰਾਜਨੀਤੀ ਜਿਹੜੀ ਹੈ ਦਿਓਰ ਭਾਬੀ ਵਾਲੀ, ਇਹ ਅਤਿਅੰਤ ਮਾੜੀ ਹੈਗੀ ਆ। ਦਿਓਰ ਭਾਬੀ ਪੰਜਾਬ ਦਾ ਬੇੜਾ ਗਰਕ ਕਰਨ ਦੇ ਵਿੱਚ ਦੋਨੋਂ ਬਰਾਬਰ ਦੇ ਦੋਸ਼ੀ ਆ। ਜੇ ਬਾਦਲ ਸੁਹਿਰਦ ਹੁੰਦੇ ਤਾਂ ਪੰਜਾਬ 'ਚ ਕਦੇ ਚਿੱਟਾ ਨਾ ਆਉਂਦਾ, ਰੇਤ ਚੋਰੀ ਨਾ ਹੁੰਦੀ, ਟਰਾਂਸਪੋਰਟ ਮਾਫੀਆ ਨਾ ਬਣਦਾ, ਕੇਬਲ ਮਾਫੀਆ ਨਾ ਬਣਦਾ। ਇਹ ਦਿਓਰ ਭਾਬੀ ਦੀ ਸਿਆਸਤ ਪਕੜ ਨੇ ਪੰਜਾਬ ਦੇ ਅੰਦਰ ਪੰਜਾਬ ਦਾ ਬੇੜਾ ਗਰਕ ਕੀਤਾ। ਲਗਾਤਾਰ ਪਏ ਇਸ ਮੀਂਹ ਨਾਲ ਵਾਕਿਆ ਪ੍ਰਸ਼ਾਸਨ ਦੀ ਪੋਲ ਖੁੱਲ ਕੇ ਸਾਹਮਣੇ ਆ ਗਈ। ਇਸ ਮੀਂਹ ਨਾਲ ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੀ ਕਈ ਏਕੜ ਫਸਲ ਪਾਣੀ 'ਚ ਡੁੱਬ ਕੇ ਤਬਾਹ ਹੋ ਗਈ। ਹੁਣ ਸਰਕਾਰ ਇਹਨਾਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਦਿੰਦੀ ਹੈ ਜਾਂ ਨਹੀਂ, ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ। ਲੁਧਿਆਣਾ ਤੋਂ ਅਨੁਪਮ ਮਹਿੰਦਰੋ ਦੀ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।